ਹਾਂਜੀ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਹੋ ਆਈ ਹੋਪ ਤੁਹਾਡੀ ਸਟੱਡੀ ਬਹੁਤ ਅੱਛੀ ਚੱਲ ਰਹੀ ਹੋਊਗੀ ਨਾ ਸੋ ਰਾਜੇ ਅੱਜ ਜਿਹੜੀ ਆਪਣੀ ਜਿਹੜੀ ਲੈਕਚਰ ਨੰਬਰ ਹੈਗਾ ਆਪਣਾ ਹਿਸਟਰੀ ਦਾ ਲੈਕਚਰ ਸ਼ੁਰੂ ਕਰਨ ਜਾ ਰਹੇ ਹਾਂ ਠੀਕ ਹੈ ਸੋ ਜਿਹੜਾ ਵੀ ਲੈਕਚਰ ਆਪਣੇ ਨਾਗਰਿਕ ਸ਼ਾਸਤਰ ਦਾ ਪੋਲਿਟੀ ਦਾ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਦਾ ਜਿਹੜਾ ਪਲੇਲਿਸਟ ਹੈ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗਾ ਠੀਕ ਹੈ ਤੁਸੀਂ ਉੱਥੇ ਜਾ ਕੇ ਦੇਖ ਲੈਣਾ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਐਮਸੀਕਿਊ ਨਾਲ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਤੋ ਜਿੱਦਾਂ ਤੁਹਾਡਾ ਜਿੰਨਾ ਵੀ ਜਿਹੜਾ ਪਾਲਟੀ ਦਾ ਜੋ ਵੀ ਸੱਜੇ ਖੱਬੇ ਹੈਗਾ ਉਹ ਤੁਹਾਡਾ ਕਵਰ ਹੋ ਜਾਊਗਾ ਇੱਕ ਇੱਕ ਚੀਜ਼ ਦੇ ਵਿੱਚ ਟੌਪਿਕ ਦੇ ਵਿੱਚ ਤੁਹਾਡੀ ਜਿਹੜੀ ਵੀ ਕੋਈ ਪ੍ਰੋਬਲਮ ਹੈ ਉਹ ਸੋਲਵ ਹੋ ਜਾਊਗੀ ਠੀਕ ਹੈ ਅਗਰ ਜਿਹੜੀ ਕੋਈ ਪ੍ਰੋਬਲਮ ਰਹੇਗੀ ਤਾਂ ਫਿਰ ਆਪਾਂ ਮੌਕ ਟੈਸਟ ਜਿਹੜੇ ਨੇ ਸ਼ੁਰੂ ਕਰ ਦਾਂਗੇ ਠੀਕ ਹੈ ਮੌਕ ਟੈਸਟ ਦੇ ਵਿੱਚ ਹੋ ਜਾਊਗਾ ਪਰ ਇੱਕ ਜਿਹੜੀ ਆਪਾਂ ਜਿਹੜੀ ਆਪਾਂ ਮਹਾ ਮੈਰਾਥਨ ਜਿਹੜੀ ਮੈਰਾਥਨ ਕਲਾਸ ਦੀ ਮੈਂ ਪਲਾਨ ਕਰ ਰਹੇ ਹਾਂ 2-4 ਦਿਨ ਜਿਨ੍ਹਾਂ ਦੇ ਵਿੱਚ ਕੋਸ਼ਿਸ਼ ਰਹੂਗੀ ਪਰ ਤੋ ਉਹਨੂੰ ਨਾ 1 ਫਰਵਰੀ ਦੇ ਤਕਰੀਬਨ ਤੱਕ ਮਿਲ ਜੂਗੀ ਮੈਂ ਕੋਸ਼ਿਸ਼ ਕਰੂੰਗਾ ਕਿ ਕਿਵੇਂ ਦੇ ਵਿੱਚ ਨਾ ਮ ਜਿੰਨੇ ਹੋ ਸਕੇ 150 200 ਕੁਐਸਚਨ ਹੋ ਸਕੇ ਸਾਰੀ ਤੇ ਸਾਰੀ ਪਾਲਿਟੀ ਇੱਕੋ ਹੀ ਵੀਡੀਓ ਵਿੱਚ ਮੈਂ ਕਵਰ ਕਰ ਦੂੰਗਾ ਠੀਕ ਹੈ ਤੁਸੀਂ ਧਿਆਨ ਦੇ ਨਾਲ ਸਾਰਾ ਸਿਲੇਬਸ ਕਵਰ ਕਰ ਲੈਣਾ ਠੀਕ ਹੈ ਤੋ ਮੌਕ ਟੈਸਟ ਆਪਾਂ ਜਲਦੀ ਹੀ ਸ਼ੁਰੂ ਕਰਨ ਜਾ ਰਹੇ ਹਾਂ ਠੀਕ ਹੈ ਮੇਰੀ ਕੋਸ਼ਿਸ਼ ਲਾਈਵ ਦੀ ਰਹੂਗੀ ਤੁਹਾਡੀਆਂ ਦੁੱਖ ਤਲੀਫਾਂ ਸੁਣਾਂ ਜਾਣੀਆਂ ਠੀਕ ਹੈ ਸੋ ਤੁਸੀਂ ਨੋਟਸ ਬਣਾ ਕੇ ਰੱਖਣੇ ਨੇ ਜਿਹੜੇ ਵੀ ਬੱਚੇ ਕੋਈ ਵੀ ਮੈਨ ਜਿਹੜਾ ਵੀਡੀਓ ਦਾ ਲਿੰਕ ਹੈ ਵਸਤੁਮ ਟੈਲੀਗ੍ਰਾਮ ਦੇ ਵਿੱਚ ਵੀ ਸ਼ੇਅਰ ਕਰਦਾ ਹੁੰਨਾ ਅਗਰ ਕਿਸੇ ਨੂੰ ਲੱਗਦਾ ਕਿ ਮੇਰੇ WhatsApp ਉੱਪਰ ਕੋਈ ਦਿੱਕਤ ਕੋਈ ਤਕਲੀਫ ਹੈ ਠੀਕ ਹੈ ਕਮੈਂਟ ਬਾਕਸ ਲਿਖ ਸਕਦੇ ਹੋ ਨਹੀਂ ਤਾਂ ਫਿਰ ਤੁਸੀਂ ਇਸ ਨੰਬਰ ਤੇ ਮੈਨੂੰ WhatsApp ਕਰ ਸਕਦੇ ਹੋ ਲਾਈਕ ਸ਼ੇਅਰ ਕਰਨਾ ਤੁਹਾਡਾ ਕੀ ਆ ਧਰਮ ਹੈ ਔਰ ਅੱਜ ਆਪਾਂ ਜਿਹੜੀ ਹਿਸਟਰੀ ਦਾ ਫਰਸਟ ਕੁਐਸਚਨ ਕਰਨ ਜਾ ਰਹੇ ਹਾਂ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਕਰਾਂਗੇ ਬੀ ਜੀਓਗ੍ਰਾਫੀ ਏਦਾਂ ਹੀ ਆਪਾਂ ਕਰਦੇ ਕਰਦੇ ਜਿਹੜੇ ਆਪਾਂ ਬਿਲਕੁਲ ਪਰਫੈਕਟ ਹੋ ਜਾਾਂਗੇ ਔਰ ਤੁਸੀਂ ਮੇਰੇ ਗੱਲ ਦੱਸੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣੀ ਹੈ ਮੈਨੂੰ ਠੀਕ ਹੈ ਕਿ ਮੈਥ ਬਾਰੇ ਤੁਹਾਡਾ ਕੀ ਪਲਾਨ ਹੈ ਆ ਸੋ ਆਪਾਂ ਮੈਥ ਬਾਰੇ ਕੀ ਖਿਆਲ ਹੈ ਠੀਕ ਹੈ ਇੰਗਲਿਸ਼ ਬਾਰੇ ਕੀ ਖਿਆਲ ਹੈ ਆਪਾਂ ਇਹਨਾਂ ਦੇ ਵੀ ਥੋੜਾ ਥੋੜਾ ਟੱਚ ਦੇਣਾ ਸ਼ੁਰੂ ਕਰ ਦਾਂਗੇ ਅਗਰ ਤੁਸੀਂ ਮੈਨੂੰ ਰਿਸਪਾਂਸ ਦਿਓਗੇ ਕਮੈਂਟ ਬਾਕਸ ਦੇ ਵਿੱਚ ਵੀ ਹਾਂਜੀ ਸਰ ਤੁਸੀਂ ਕਰੋ ਫਿਰ ਆਪਾਂ ਇਹਦੇ ਬਾਰੇ ਵੀ ਸੋਚ ਲਾਂਗੇ ਨਹੀਂ ਤਾਂ ਫਿਰ ਆਪਣੀ ਐਸਐਸਟੀ ਜਿਹੜੀ ਆਪਣੀ ਕਿਉਂਕਿ ਹੁਣ ਕੰਪਲੀਟ ਹੋ ਜੂਗੀ ਆਪਣੀ ਠੀਕ ਹੈ ਆਪਾਂ ਬਸ ਹੁਣ ਆਪਾਂ ਡੇਲੀ ਕਲਾਸ ਦੇਆ ਕਰਾਂਗੇ ਤੁਹਾਨੂੰ ਇੱਕ ਹੋਰ ਤੁਹਾਨੂੰ ਲਾਂਚ ਕਰਨ ਜਾ ਰਹੇ ਹਾਂ ਠੀਕ ਹੈ ਡੇਲੀ ਕਲਾਸ ਤੁਹਾਨੂੰ ਮਿਲਿਆ ਕਰੂਗੀ ਤੇ ਆਪਾਂ ਪੰਜ ਸੱਤ ਦਿਨ ਲਾਉਣੇ ਨੇ ਫਿਰ ਆਪਾਂ ਨਿਬੜ ਕੇ ਫਿਰ ਆਪਾਂ ਕੀ ਕਰਾਂਗੇ ਠੀਕ ਹੈ ਫਿਰ ਆਪਾਂ ਸੋ ਮੇਰਾ ਧਿਆਨ ਇੱਥੇ ਹੀ ਰਹੂਗਾ ਕਿਉਂਕਿ 40 ਮਾਰਕਸ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਬਹੁਤ ਅੱਛਾ ਮਿਲ ਜੂਗਾ ਠੀਕ ਹੈ ਸੋ ਆਪਣਾ ਹੁਣ ਬਹੁਤ ਭਾਸ਼ਣ ਪ੍ਰਚਾਰ ਬਹੁਤ ਹੋ ਗਿਆ ਠੀਕ ਹੈ ਸੋ ਹੁਣ ਆਪਾਂ ਕਰ ਜਾ ਰਹੇ ਹਾਂ ਫਰਸਟ ਕੁਐਸਚਨ ਠੀਕ ਹੈ ਫਰਸਟ ਕੁਐਸਚਨ ਕਿੱਥੇ ਆਪਣਾ ਆ ਰਿਹਾ ਓਕੇ ਚਲੋ ਉਹ ਕਹਿੰਦਾ ਅੱਜ ਦੇ ਪੰਜਾਬ ਦਾ ਗਠਨ ਕਦੋਂ ਹੋਇਆ ਸੀਗਾ ਠੀਕ ਹੈ ਸੋ ਅੱਜ ਦਾ ਜਿਹੜਾ ਪੰਜਾਬ ਹੈ ਅੱਜ ਦਾ ਪੰਜਾਬ ਮਤਲਬ ਕਿਆ ਬੋਲੇ ਵੀ ਜਿਹੜਾ ਪੰਜਾਬ ਸੀ ਨਾ ਆਪਣਾ ਪਹਿਲਾਂ ਦਿੱਲੀ ਦੇ ਨਾਲ ਟੱਚ ਕਰਦਾ ਸੀਗਾ ਸੋ ਆਪਣਾ 1966 ਦੇ ਅੰਦਰ ਇੱਕ ਹਰਿਆਣਾ ਬਣ ਗਿਆ ਠੀਕ ਹੈ ਇੱਥੋਂ ਹੀ ਇਹਨਾਂ ਨੇ ਹਮਾਚਲ ਕੱਢ ਦਿੱਤਾ ਠੀਕ ਹੈ ਇੱਥੋਂ ਹੀ ਪੰਜਾਬ ਘੜਤਾ ਸੋ ਪੰਜਾਬ ਦੇ ਤਿੰਨ ਟੁਕੜੇ ਕਰਤੇ ਕਦੋਂ ਕੀਤੇ ਸੀਗੇ 1 ਨਵੰਬਰ ਨੂੰ ਤਾਂ ਕੀਤੇ ਸੀਗੇ ਪਰ 55 ਨੂੰ ਨਹੀਂ ਕੀਤੇ ਸੀ 66 ਦੇ ਵਿੱਚ ਕੀਤੇ ਸੀਗੇ ਪਰ 19 29 ਮਾਰਚ ਨਹੀਂ ਸੀ ਠੀਕ ਹੈ ਇਹ ਧਿਆਨ ਨਾਲ ਦੇਖਣਾ ਵੀ ਇੱਥੇ ਲਾਲ ਨਹੀਂ ਸਟੱਲ ਲੈਣੀ ਵੀ ਆ ਬਣ ਗਿਆ ਬਣ ਗਿਆ ਲੋ ਜੀ ਚੱਕਤਾ ਠੀਕ ਹੈ ਨਾ 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 ਇਹ ਗਲਤੀ ਨਹੀਂ ਕਰਨੀ ਓਕੇ ਸੋ ਥਰਡ ਵੀ ਆਪਣੀ ਗੱਲ ਤਾਂ ਸੋ ਆਨਸਰ ਕੀ ਆਊਗਾ ਇਹਦਾ ਆਨਸਰ ਆਊਗਾ 4 ਕਿੰਨਾ 1966 ਦੇ ਵਿੱਚ ਕੀ ਹੈ ਆਪਣਾ ਬਣ ਗਿਆ ਸੀ ਠੀਕ ਹੈ ਹੁਣ ਤੁਸੀਂ ਇਹਦੇ ਨਾਲ ਦੋ ਚਾਰ ਪੁਆਇੰਟ ਹੋਰ ਦੇਖੋ ਓਕੇ ਜੇਕਰ ਤੁਹਾਨੂੰ ਪੁੱਛ ਲਿਆ ਕਿ ਆਜ਼ਾਦੀ ਤੋਂ ਬਾਅਦ ਧਿਆਨ ਨਾਲ ਸੁਣਿਓ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਕਿਹੜੀ ਸੀਗੀ ਤਾਂ ਆਪਾਂ ਲਿਖਾਂਗੇ Shimla ਠੀਕ ਹੈ ਚੰਡੀਗੜ੍ਹ ਨਹੀਂ ਲਿਖਣੀ Shimla ਠੀਕ ਹੈ ਉਹ ਤਾਂ ਫਿਰ 1953 ਦੇ ਵਿੱਚ ਜਾ ਕੇ ਆਈ ਥਿੰਕ ਚੰਡੀਗੜ੍ਹ ਨੂੰ ਰਾਜਧਾਨੀ ਬਣਾਇਆ ਗਿਆ ਸੀ ਠੀਕ ਹੈ ਇੱਕ ਇਹ ਤੁਸੀਂ ਆਪਣੇ ਨੋਟਸ ਦੇ ਵਿੱਚ ਐਡ ਕਰ ਲੈਣਾ ਓਕੇ ਠੀਕ ਹੈ ਸੋ ਪੰਜਾਬ ਨੂੰ ਜਿਹੜੀ ਰਾਜਧਾਨੀ ਆ ਉਹ Shimla ਮਿਲੀ ਸੀ ਫਿਰ ਮਿਲੀ ਸੀ Chandigarh ਠੀਕ ਹੈ ਸੋ Chandigarh ਅੱਜ ਕੀ ਹੈ ਇੱਕ UT ਹੈ ਠੀਕ ਹੈ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਹੈ ਕੇਂਦਰ ਸ਼ਾਸਤਰੀ ਪ੍ਰਦੇਸ਼ ਹੈ ਹਨਾ ਸੋ ਕੇਂਦਰ ਸ਼ਾਸਤਰੀ ਪ੍ਰਦੇਸ਼ ਦਾ ਮਤਲਬ ਕੀ ਦੱਸਿਆ ਸੀਗਾ ਮੈਂ ਕਿ ਆਪਣੀ ਟੈਰਿਟਰੀ ਕੇਂਦਰ ਦੀ ਟੈਰਿਟਰੀ ਨੂੰ ਕੀ ਬੋਲਿਆ ਜਾਂਦਾ ਹੈ ਯੂਨੀਅਨ ਟੈਰਿਟਰੀ ਬੋਲਿਆ ਜਾਂਦਾ ਹੈ ਓਕੇ ਸੋ ਇਹਦੇ ਨਾਲ ਫਿਰ ਇਹੀ ਆਪਣੇ ਦੋ ਚਾਰ ਪੁਆਇੰਟ ਨੇ ਠੀਕ ਹੈ ਜਿਹੜਾ ਇੱਥੇ ਕਿਹੜਾ ਕਮਿਸ਼ਨ ਬੈਠਾ ਸੀਗਾ ਠੀਕ ਹੈ ਸੋ ਤੁਸੀਂ ਉਸ ਕਮਿਸ਼ਨ ਦਾ ਨਾਮ ਦੱਸਣਾ ਹੈ ਇੱਕ ਤੁਹਾਡੇ ਲਈ ਇੱਕ ਕੁਐਸਚਨ ਹੈ ਠੀਕ ਹੈ ਕਿ ਜਿਹੜਾ ਪੰਜਾਬ ਨੂੰ ਵੰਡਿਆ ਗਿਆ ਉਹ ਕਿਸ ਕਮਿਸ਼ਨ ਦੇ ਤਹਿਤ ਵੰਡਿਆ ਗਿਆ ਠੀਕ ਹੈ ਸੋ ਮੈਂ ਪਤਾ ਕੀ ਕਰੂੰਗਾ ਹੁਣ ਮੈਂ ਨਾ ਕੁਐਸਚਨ ਵੀ ਧਿਆਨ ਰੱਖੂੰਗਾ ਫਿਰ ਤੁਹਾਨੂੰ ਨੈਕਸਟ ਵੀਡੀਓ ਦੇ ਅੰਦਰ ਸਾਰੇ ਦੇ ਸਾਰੇ ਆਨਸਰ ਡਿਸਪਲੇ ਕਰੂੰਗਾ ਠੀਕ ਹੈ ਤੁਸੀਂ ਤਾਂ ਕਮੈਂਟ ਕਰਦੇ ਨਹੀਂ ਹੈਗੇ ਇੱਕ ਦੋ ਬੱਚੇ ਕਰਦੇ ਨੇ ਸੋ ਤੁਸੀਂ ਯਾਰ ਕਮੈਂਟ ਕਰ ਲਿਆ ਕਰੋ ਠੀਕ ਹੈ ਇਹ ਤੁਹਾਨੂੰ ਕੁਐਸਚਨ ਮੈਂ ਦਿੱਤਾ ਠੀਕ ਹੈ ਚਲੋ ਠੀਕ ਹੈ ਇਹਦਾ ਆਨਸਰ ਪਤਾ ਲੱਗ ਗਿਆ ਨਾ ਡੀ ਆਨਸਰ ਹੈ ਇਹਦਾ ਠੀਕ ਹੈ ਚੌਥਾ ਓਕੇ ਚਲੋ ਨੈਕਸਟ ਕੁਐਸਚਨ ਦੇਖੋ ਉਹ ਕਹਿੰਦਾ ਦਿੱਲੀ ਨੂੰ ਪੰਜਾਬ ਤੋਂ ਕਦੋਂ ਵੱਖ ਕੀਤਾ ਗਿਆ ਹਨ ਵੱਖ ਦਾ ਮਤਲਬ ਤਾਂ ਕੀ ਹੈ ਕਿ ਇੱਥੇ ਦਿੱਲੀ ਸੀਗੀ ਦਿੱਲੀ ਨੂੰ ਮਤਲਬ ਬ੍ਰਿਟਿਸ਼ ਨੇ ਇੱਥੇ ਇੱਕ ਵੱਖਰਾ ਰਾਜ ਬਣਾਤਾ ਪੰਜਾਬ ਤੇ ਪੰਜਾਬ ਦਾ ਫਿਰ ਇੱਕ ਹੀ ਲਾਤੇ ਨੇ ਗਵਰਨਰ ਲਾਤਾ ਸੋ 1901 ਦੇ ਵਿੱਚ ਨਹੀਂ ਜੀ 1911 ਦੇ ਵਿੱਚ ਹਾਂਜੀ ਸੋ ਆਨਸਰ ਇਹਦਾ ਕੀ ਆਊਗਾ ਆਨਸਰ ਆਊਗਾ ਬੀ ਓਕੇ ਸੋ so, 1911 ਨੂੰ ਦਿੱਲੀ ਨੂੰ ਵੱਖਰਾ ਕਰਤਾ ਪੰਜਾਬ ਨੂੰ ਵੱਖਰਾ ਕਰਤਾ ਠੀਕ ਹੈ ਸੋ ਦਿੱਲੀ ਦਾ ਰਾਜਧਾਨੀ ਪਹਿਲਾਂ ਹੀ ਸੀਗੀ ਸੋ ਪੰਜਾਬ ਨੂੰ ਵੀ ਇਹਨਾਂ ਨੇ ਇੱਕ ਵੱਖਰਾ ਲਾਹੌਰ ਜਿਹੜੀ ਰਾਜਧਾਨੀ ਬਣਾਤੀ ਠੀਕ ਹੈ ਸੋ ਇਹ ਤੁਸੀਂ ਯਾਦ ਰੱਖਣਾ ਨਾ ਮੁੱਕੇ ਠੀਕ ਹੈ ਇਹ ਚੀਜ਼ਾਂ ਤੇ ਧਿਆਨ ਚ ਰੱਖਣ ਵਾਲੀਆਂ ਨਹੀਂ ਠੀਕ ਹੈ ਨੈਕਸਟ ਕੁਐਸਚਨ ਦੇਖੋ ਠੀਕ ਹੈ ਹੁਣ ਦੇਖੋ ਯੂਨਾਨੀਆਂ ਨੇ ਪੰਜਾਬ ਦਾ ਨਾਮ ਕੀ ਰੱਖਿਆ ਸੀ ਹੁਣ ਦੇਖੋ ਯੂਨਾਨੀ ਹੁਣ ਦੇਖੋ ਵੱਖਰੇ ਵੱਖਰੇ ਲੋਕ ਆਉਣਗੇ ਠੀਕ ਹੈ ਉਹਨਾਂ ਨੇ ਜਿਵੇਂ ਰਿਗਵੇਦ ਵਿੱਚ ਕੀ ਨਾਮ ਹੈ ਸપ્ત ਸਿੰਧੂ ਹੈ ਆਪਣਾ ਠੀਕ ਹੈ ਅੱਗੇ ਆਪਾਂ ਕਰਾਂਗੇ ਠੀਕ ਹੈ ਸप्त ਸਿੰਧੂ ਆ ਹਨ ਸੋ ਇਸ ਤਰੀਕੇ ਨਾਲ ਵੀ ਜਿੰਨੇ ਜਿੰਨੇ ਵੀ ਮਾ ਲੋ ਪੰਜਾਬ ਦੇ ਵਿੱਚ ਨਾਮ ਨੇ ਜਿਵੇਂ ਲਾਹੌਰ ਇਹ ਸੂਬਾ ਕਦੋਂ ਕਿਹਾ ਗਿਆ ਸੀਗਾ ਲਾਹੌਰ ਇਹ ਸੂਬਾ ਇਹ ਕਿਆਸੀ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀਗਾ ਠੀਕ ਹੈ ਇਸ ਤਰੀਕੇ ਨਾਲ ਮੈਂ ਅੱਗੇ ਲਿਸਟ ਪ੍ਰੋਵਾਈਡ ਕਰੂੰਗਾ ਤੁਹਾਨੂੰ ਠੀਕ ਹੈ ਸੋ ਤੁਸੀਂ ਉਹਨੂੰ ਤੁਸੀਂ ਇੱਕ ਕਾਪੀ ਦੇ ਉੱਪਰ ਲਿਖ ਲੈਣਾ ਠੀਕ ਹੈ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਤੱਕ ਇੱਕ ਟ੍ਰਾਈਬਸ ਹੀ ਆਪਣੇ ਠੀਕ ਹੈ ਤੱਕ ਠੀਕ ਹੈ ਪੰਜਾਬ ਨਹੀਂ ਜੀ ਸप्त ਸਿੰਧੂ ਨਹੀਂ ਜੀ ਮੈਂ ਦੱਸਿਆ ਹੀ ਆ ਵੀ ਸप्त ਸਿੰਧੂ ਤਾਂ ਕਿੰਨਾਂ ਨੇ ਕਿਹਾ ਸੀਗਾ ਰਿਗਵੇਦਿਕ ਜਦੋਂ ਵੇਦ ਚੱਲਣਗੇ ਨਾ ਵੇਦ ਨਾ ਸਾਮਵੇਦ ਅਜੁਰਵੇਦ ਇਹੋ ਜੀ ਵੇਦ ਨੇ ਨਾ ਉਦੋਂ ਉਹਨਾਂ ਦਾ ਨਾਮ ਰੱਖਿਆ ਗਿਆ ਸੀ ਓਕੇ ਸੋ ਇਹਦਾ ਆਨਸਰ ਕੀ ਬਣੂਗਾ ਇਹਦਾ ਆਨਸਰ ਬਣੂਗਾ ਸੈਕਿੰਡ ਬਣੂਗਾ ਮਤਲਬ ਜੇਕਰ ਮੈਂ ਇੱਥੇ ਲਿਖਾਂ ਤਾਂ ਆਨਸਰ ਕੀ ਬਣੂਗਾ ਬੀ ਆਨਸਰ ਓਕੇ ਸੋ ਇਹਦੇ ਨਾਲ ਤੁਸੀਂ ਸੱਜੇ ਖੱਬੇ ਦੇਖ ਲੈਣਾ ਜਿਹੜਾ ਟੱਕ ਹੈ ਨਾ ਟੱਕ ਟੱਕ ਇੱਕ ਤਰ੍ਹਾਂ ਦੀ ਟ੍ਰਾਈਬ ਸੀ ਜਿਹਨੂੰ ਬੋਲਾਂਗੇ ਟ੍ਰਾਈ ਟ੍ਰਾਈ ਦਾ ਮਤਲਬ ਕੀ ਹੁੰਦਾ ਜਿਵੇਂ ਆਪਣੀ ਕੋਈ ਜਾਤੀ ਲਾ ਲਓ ਜਾਤੀ ਜਿਹੀ ਇਹ ਨਾ ਪੰਜਾਬ ਦੇ ਇੱਥੇ ਬੈਠੀ ਸੀਗੀ ਮਤਲਬ ਉੱਤਰ ਦਿਸ਼ਾ ਦੇ ਵੱਲ ਬੈਠੀ ਸੀ ਹਣਾ ਸੋ ਆਪਣੇ ਇਹ ਪਤਾ ਹੀ ਕਰਦੇ ਸੀ ਇਹ ਬਹੁਤ ਤਕੜੇ ਲੋਕ ਸੀਗੇ ਜਿਹੜਾ ਵੀ ਇਧਰੋਂ ਆਉਂਦਾ ਸੀਗਾ ਅਫਗਾਨਿਸਤਾਨ ਵੱਲੋਂ ਜਾਂ ਤੁਰਕਮেনিਸਤਾਨ ਕਨਿਓ ਇਹ ਲੜਕੇ ਨੂੰ ਵਾਪਸੀ ਭੇਜ ਦਿੰਦੇ ਸੀਗੇ ਸੋ ਫਿਰ ਇਹ ਭਾਰਤ ਵਾਲਿਆਂ ਵਾਸਤੇ ਕੀ ਕੰਮ ਕਰਦੇ ਸੀ ਇੱਕ ਇੱਕ ਸੁਰੱਖਿਆ ਦਾ ਕੰਮ ਕਰਦੇ ਸੀ ਪਰ ਆਪਣੇ ਵਾਲਾ ਦਾ ਦਿਮਾਗ ਖਰਾਬ ਹੈ ਇਹਨਾਂ ਨੇ ਚੱਕ ਕੇ ਨਾ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਇਹ ਇਹਨੂੰ ਇਹ ਲੱਗਿਆ ਕਿ ਇਹ ਆਪਨੇ ਤੇ ਕਿਤੇ ਅਟੈਕ ਨਾ ਕਰ ਦੇਣ ਓਕੇ ਸੋ ਇਸੇ ਚੱਕਰ ਵਿੱਚ ਇਹਨਾਂ ਨੇ ਇਹਨੂੰ ਹਰਾਤਾ ਜਦੋਂ ਇਹ ਜਿਹੜੀ ਟ੍ਰਾਈਬ ਹੈ ਇਹ ਤੋਂ ਚਲੀ ਗਈ ਤਾਂ ਫਿਰ ਇਹਨਾਂ ਦੇ ਰਾਹ ਜਿਹੜੇ ਖੁੱਲ ਗਏ ਤੇ ਫਿਰ ਸਿੱਧਾ ਇਹਨਾਂ ਨੇ ਅਟੈਕ ਇਥੇ ਕਰਤਾ ਸੋ ਫਿਰ ਆਪਣਾ ਫਿਗਰ ਟੈਂਪੂ ਡਾ ਹੋ ਗਿਆ ਠੀਕ ਹੈ ਸੋ ਇਹਦਾ ਮਤਲਬ ਕੀ ਹੈ ਕਿ ਆਪਣੇ ਵਾਲਿਆਂ ਦੇ ਦਿਮਾਗ ਕੀ ਥੋੜਾ ਜਿਹਾ ਕਦੇ-ਕਦੇ ਖਰਾਬ ਹੋ ਜਾਂਦਾ ਖਾਦੀ ਪੀਤੀ ਚੰਨ ਨੇ ਕੁੱਟ ਤੇ ਫੈਂਟ ਦੇ ਠੀਕ ਹੈ ਚਲ ਰਿਗ ਵੇਦ ਵਿੱਚ ਪੰਜਾਬ ਨੂੰ ਕੀ ਕਿਹਾ ਗਿਆ ਕੀ ਕਹਿੰਦੇ ਸੀਗੇ ਸੋ ਹੁਣੀ ਮੈਂ ਦੱਸ ਕੇ ਆਇਆ ਠੀਕ ਹੈ ਸਬਤ ਸਿੰਧੂ ਹੈ ਆਨਸਰ ਸਾਰਿਆਂ ਦਾ ਬੀ ਹੈ ਠੀਕ ਹੈ ਸੋ ਪੰਜਨਾਬ ਨਹੀਂ ਜੀ ਟੱਕ ਪ੍ਰਦੇਸ਼ ਨਹੀਂ ਜੀ ਪਟਾਮੀਆਂ ਨਹੀਂ ਜੀ ਹਨਾ ਸੋ ਟੱਕ ਪ੍ਰਦੇਸ਼ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਵੀ ਇੱਕ ਤਰ੍ਹਾਂ ਦਾ ਇੱਕ ਇਹ ਛੋਟਾ ਜਿਹਾ ਸੂਬਾ ਸੀਗਾ ਜਿਵੇਂ ਆਪਣਾ ਪੰਜਾਬ ਹੈ ਠੀਕ ਹੈ ਇਸ ਤਰੀਕੇ ਨਾਲ ਜਿਵੇਂ ਮੱਧ ਪ੍ਰਦੇਸ਼ ਚ ਗੁਜਰਾਤੀ ਰਹਿੰਦੇ ਨੇ ਸੋ ਇਸ ਤਰ੍ਹਾਂ ਟੱਕ ਪ੍ਰਦੇਸ਼ ਚ ਟੱਕੀ ਰਹਿੰਦੇ ਸੀਗੇ ਠੀਕ ਹੈ ਸੋ ਟੱਕੀ ਰਹਿੰਦੇ ਸੀਗੇ ਟੱਕੀ ਕਰਦੇ ਸੀਗੇ ਟੱਕਾਂ ਨੇ ਟੱਕ ਦੰਦੀ ਫੜ ਕੇ ਵੱਟ ਦਿੰਦੇ ਸੀ ਠੀਕ ਹੈ ਇਹਨੂੰ ਉਲਟਾ ਕਰ ਲੋ ਕੱਟ ਦਿੰਦੇ ਸੀ ਫੜ ਕੇ ਚਲੋ ਠੀਕ ਹੈ ਅਨਸਰ ਨਿਭੜ ਗਿਆ ਆਪਣਾ ਠੀਕ ਹੈ ਤੇ ਟੈਂਪੂ ਪਲਟਾ ਦਿੰਦੇ ਸੀਗੇ ਸੋ ਫਿਰ ਇਹਨਾਂ ਦਾ ਤੋਰੀ ਫਲਕਾ ਬੰਦ ਕਰ ਦਿੱਤਾ ਆਪਣੇ ਲੈਣੇ ਤੇ ਫਿਰ ਆਪਣਾ ਵੀ ਤੋਰੀ ਫਲਕਾ ਓਕਾ ਹੋ ਗਿਆ ਸੀਗਾ ਠੀਕ ਹੈ ਚਲੋ ਮੁਗਲ ਮੁਗਲ ਕਾਲ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਹੁਣ ਮੁਗਲ ਕਾਲ ਆ ਗਿਆ ਮੁਗਲ ਕਾਲ ਵੇਲੇ ਹੁਣ ਰਣਜੀਤ ਸਿੰਘ ਆ ਗਿਆ ਮਹਾਰਾਜਾ ਰਣਜੀਤ ਸਿੰਘ ਸੋ ਰਣਜੀਤ ਸਿੰਘ ਬਾਰੇ ਤੁਹਾਨੂੰ ਮਦਸਿਆਈ ਆ ਬੇ ਰਣਜੀਤਾ ਰਣਜੀਤਾ ਕੀ ਕੀ ਕਹਿੰਦਾ ਸੀ ਆਪਣਾ ਲਾਹੌਰ ਸੂਬਾ ਠੀਕ ਸਬਸਿੰਧੂ ਨਹੀਂ ਟੱਕ ਨਹੀਂ ਪੰਜ ਇਹ ਤੁਹਾਨੂੰ ਪਤਾ ਲੱਗ ਜੂਗਾ ਵੀ ਹੁਣ ਆਨਸਰ ਕੀ ਜਾਂਦਾ ਦੋ ਠੀਕ ਹੈ ਚਲੋ ਨੈਕਸਟ ਕੁਐਸਚਨ ਉਹਦਾ ਚੀਨੀ ਯਾਤਰੀ ਕੌਣ ਸੀ ਚੀਨੀ ਨਾ ਨਾ ਬਹਿ ਗਿਆ ਨਾ ਇੱਥੇ ਨੰਨਾ ਪੈਣਾ ਸੀ ਯਾਰ ਪੰਜਾਬੀ ਦਾ ਪੇਪਰ ਆਪਣਾ ਫਸਟ ਹੈ ਤੇ ਗਲਤੀ ਆਪਾਂ ਕਰੀ ਜੰਨੇ ਆ ਠੀਕ ਹੈ ਸੋ ਚੀਨੀ ਆਊਗਾ ਟਾਈਪਿੰਗ ਵਿੱਚ ਕਿਤੇ ਮਿਸਟੇਕ ਹੋ ਗਈ ਠੀਕ ਹੈ ਪੰਜਾਬੀ ਟਾਈਪਿੰਗ ਨਾਲ ਇੱਥੇ ਨੰਨਾ ਪੈਂਦਾ ਇੱਥੇ ਨਾਣਾ ਪਿਆ ਉਹ ਇੱਥੇ ਟਾਈਪਿੰਗ ਦੇ ਵਿੱਚ ਮਿਸਟੇਕ ਆ ਗਈ ਓਕੇ ਸਚਨਕਿਆ ਆਇਆ ਸੀ ਨਾ ਜੀ ਚਨਕਿਆ ਥੋੜਾ ਸੀਗਾ ਪਲਹੋਜੀ ਥੋੜਾ ਸੀਗਾ ਯਾਰ ਇਹਦਾ ਨਾਂ ਕੀ ਹੈ ਹਿਵਾਨ ਸਿਯਾਂਗ ਯੂ ਐਂਗਸ ਠੀਕ ਹੈ ਜਿਹੜੇ ਇਹਨਾਂ ਦੇ ਨਾਮ ਨਾ ਚੀਨੀਆਂ ਦੇ ਤੁਹਾਨੂੰ ਪਤਾ ਹੀ ਹੈ ਸੋ ਜਿਹੜਾ ਪੜਾਇਆ ਜਾ ਨਾ ਹੋਵੇ ਬਸ ਉਹਦਾ ਨਾਮ ਹੀ ਹੁੰਦਾ ਹੈ ਠੀਕ ਹੈ ਸੋ ਇਸਕਾ ਆਨਸਰ ਕੀ ਆਏਗਾ ਇਸਕਾ ਆਨਸਰ ਆਏਗਾ ਬੇਟਾ ਜੀ ਸੀ ਆਨਸਰ ਆਏਗਾ ਠੀਕ ਹੈ ਲੱਗੀ ਸਮਝ ਸੋ ਆ ਦੇਖੋ ਵੈਦਿਕ ਕਾਲ ਵਿੱਚ ਕੀ ਬੋਲਤੇ تھے ਸप्तसिੰਧੂ ਠੀਕ ਹੈ ਹਿੰਦੂ ਮਹਾਕਵਿਤ ਪੁਰਾਣਾ ਵਿੱਚ ਕੀ ਬੋਲਿਆ ਗਿਆ ਪੰਚਨਦ ਬੋਲਿਆ ਗਿਆ ਟੱਕ ਕਬੀਲਾ ਕਿੱਥੇ ਸੀਗਾ ਆਵੇ ਟੱਕੀ ਆ ਗਿਆ ਟੱਕੀ ਆਵੇ ਮੈਂ ਮਜ਼ਾਕ ਨਹੀਂ ਕਰਦਾ ਸੀਗਾ ਟੱਕੀ ਇੱਕ ਟੱਕੀ ਵੀ ਕਹਿੰਦੇ ਸੀਗੇ ਟੱਕ ਪ੍ਰਦੇਸ਼ ਵੀ ਕਹਿੰਦੇ ਸੀ ਜਿਵੇਂ ਆਪਾਂ ਗੁਜਰਾਤ ਨੂੰ ਗੁਜਰਾਤੀ ਕਹ ਦਿੰਨੇ ਆ ਠੀਕ ਹੈ ਇਸ ਤਰ੍ਹਾਂ ਚੀਨੀ ਯਾਤਰੀ ਕਿਹੜਾ ਸੀਗਾ ਹਿਊਨ ਸਾਂਗ ਸੇਕਿਆ ਤੋਂ ਆਇਆ ਸੀ ਸੇਕਿਆ ਇਹਨੇ ਸੇਕਿਆ ਤੋਂ ਆ ਕੇ ਕੀ ਲਾਤਾ ਆਪਾਂ ਨੂੰ ਸੇਕ ਲਾਤਾ ਬਸ ਐਂ ਯਾਦ ਰੱਖ ਲਿਓ ਮੁਗਲ ਰਾਜ ਵਿੱਚ ਕੀ ਕਹਿੰਦਾ ਸੀ ਲਾਹੌਰ ਸੂਬਾ ਲਾਹੌਰ ਮਤਲਬ ਕੀ ਕਹਿੰਦਾ ਮਤਲਬ ਲਾਹੌਰ ਦਾ ਮਤਲਬ ਹੁੰਦਾ ਹੈ ਕਿ ਜਦੋਂ ਮਹਾਰਾਜਾ ਰਣ ਸੋ ਇਹਨੇ ਲੋਹੌਰ ਰਾਜਧਾਨੀ ਸੀਗੀ ਤਾਂ ਇਹਨੇ ਸੁਬਾ ਰੱਖਿਆ ਸੀਗਾ ਤਾਂ 1849 ਦੇ ਵਿੱਚ ਆਪਾਂ ਨੂੰ ਪੰਜਾਬ ਜਿਹੜਾ ਹੈਗਾ ਪੰਜਾਬ ਦਾ ਨਾਮ ਸੱਚੀ ਮੁੱਚੀ ਨਾਮ ਤੋਂ ਪਿਆ ਪੰਜਾਬ ਦਾ 1849 ਦੇ ਵਿੱਚ ਠੀਕ ਹੈ ਸੋ 1849 ਦਾ ਕੁਸ਼ਣ ਅੱਗੇ ਆਊਗਾ ਫਿਰ ਬਾਕੀ ਵਾਂ ਜਿਹੜੀ ਰਾਮ ਕਥਾ ਤੋਂ ਨੂੰ ਮੈਂ ਉੱਥੇ ਦੱਸੂਗਾ ਠੀਕ ਹੈ ਚਲੋ ਉਹ ਕਹਿੰਦਾ ਕਿ ਦੋ ਨਦੀਆਂ ਦੇ ਵਿਚਕਾਰਲੇ ਖੇਤਰ ਨੂੰ ਕੀ ਕਹਿੰਦੇ ਹਨ ਦੇਖੋ ਦੋ ਨਦੀਆਂ ਆ ਗਈਆਂ ਹੁਣ ਦੋ ਨਦੀਆਂ ਮਤਲਬ ਕਿਆ ਬੋਲੇ ਕੋਈ ਵੀ ਨਦੀ ਹੈ ਚਾਹੇ ਤਾਂ ਹੀ ਬਿਆਸ ਹੈ ਇੱਥੋਂ ਆ ਗਈ ਸਤਲੁਜ ਹਰੀਕੇ ਪੱਤਨਾਕੇ ਠੀਕ ਹੈ ਮਿਲ ਗਿਆ ਇਹਨਾਂ ਦੋ ਨਦੀਆਂ ਦੇ ਵਿਚਕਾਰਲੇ ਖੇਤਰ ਨੂੰ ਕੀ ਬੋਲਦੇ ਨੇ ਦੋਆਬ ਕਿ ਬਾਰੀ ਦੋਆਬ ਮਾਝਾ ਮਾਲਵਾ ਠੀਕ ਹੈ ਸੋ ਆਨਸਰ ਆਊਗਾ ਦਾ ਏ ਇਨ ਬੋਲਦੇ ਨੇ ਠੀਕ ਹੈ ਤੁਸੀਂ ਵੀਡੀਓ ਨਾ ਯਾਰ ਪੋਜ਼ ਕਰ ਲਿਆ ਕਰੋ ਠੀਕ ਹੈ ਪੋਜ਼ ਕਰ ਲਿਆ ਕਰੋ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਵੀ ਸਾਨੂੰ ਆਨਸਰ ਮੈਂ ਛੇਤੀ ਦੱਸ ਦਿੰਨਾ ਸੋ ਤੁਸੀਂ ਨਾ ਕੀ ਕਰਿਆ ਕਰੋ ਵੀਡੀਓ ਨੂੰ ਪੋਜ਼ ਕਰ ਲਿਆ ਕਰੋ ਜਾਂ ਤਾਂ ਯਾਰ ਆਪ ਨੂੰ ਪਤਾ ਲੱਗ ਹੀ ਜਾਂਦਾ ਆਪਾਂ ਕਿੰਨੇ ਕੁ ਪਾਣੀ ਦੇ ਹੈਗੇ ਆ ਠੀਕ ਹੈ ਦੇਖ ਕੇ ਓਕੇ ਸੋ ਕਮੈਂਟ ਬਾਕਸ ਦੇ ਵਿੱਚ ਤੁਸੀਂ ਜੇਕਰ ਆਨਸਰ ਪਿੰ ਤੁਸੀਂ ਆਨਸਰ ਦਿਆ ਕਰੋ ਠੀਕ ਹੈ ਬਹੁਤ ਵਧੀਆ ਗੱਲ ਹੈ ਇੱਕ ਦੋ ਬੱਚਿਆਂ ਦੇ ਮੈਨੂੰ ਨਾਮ ਵੀ ਯਾਦ ਹੋ ਰਹੇ ਨੇ ਹੁਣ ਇੱਕ ਦੋ ਕਿਉਂ ਸਾਰਿਆਂ ਦੇ ਨਾਮ ਵੀ ਯਾਦ ਨਹੀਂ ਮੈਨੂੰ ਠੀਕ ਹੈ ਕਮੈਂਟ ਬਾਕਸ ਦੇ ਵਿੱਚ ਜਿਹੜੇ ਜਿਹੜੇ ਆਨਸਰ ਕਰਦੇ ਨੇ ਠੀਕ ਹੈ ਸੋ ਸਿਆਣੇ ਬਣੋ ਆਨਸਰ ਕਰਿਆ ਕਰੋ ਠੀਕ ਹੈ ਰਿਵੀਜ਼ਨ ਕਰਿਆ ਕਰੋ ਫੇਰੀ ਆਪਣਾ ਜਿਹੜਾ ਹੈਗਾ ਬੇੜਾ ਪਾਰ ਲੱਗੂਗਾ ਠੀਕ ਹੈ ਸੋ ਬਾਰੀ ਦਾਬ ਨਹੀਂ ਬੋਲਦੇ ਮਾਜਾ ਨਹੀਂ ਬੋਲਦੇ ਮਾਜਾ ਤੇ ਮਾਲਵਾ ਕਿਉਂ ਬੋਲਦੇ ਸੁਣ ਲਓ ਮਾਜਾ ਬੋਲਦੇ ਨੇ ਜਿਹੜਾ ਆਪਣਾ ਰਾਵੀ ਤੇ ਬਿਆਸ ਦੇ ਉੱਤੇ ਆਵਲਾ ਠੀਕ ਹੈ ਜਿਹੜਾ ਸਤਲੂ ਦੇ ਵਿਚਕਾਰ ਹੈ ਸਤਲੂ ਰਿਵਰ ਆ ਗਈ ਆ ਬਿਆਸ ਆ ਗਈ ਆ ਗਈ ਆਪਣੀ ਰਾਵੀ ਆ ਗਈ ਹੈ ਨਾ ਸੋ ਜਿਹੜਾ ਇੱਥੇ ਆ ਇਹ ਮਾਲਵਾ ਪਿੰਦਾ ਇਹਨ ਦੁਆਬਾ ਬੋਲਦੇ ਨੇ ਇਹਨੂੰ ਬੋਲਦੇ ਨੇ ਮਾਝਾ ਠੀਕ ਹੈ ਮਾਝਾ ਵਿੱਚ ਕੋਣ ਕੋਣ ਆ ਗਿਆ ਮਾਝੇ ਚ ਆ ਗਿਆ ਆਪਣਾ ਅੰਮ੍ਰਿਤਸਰ ਹੈ ਗੁਰਦਾਸਪੁਰ ਹੈ ਪਠਾਨਕੋਟ ਆ ਤੇ ਤਰਨਤਾਰਨ ਹੈ ਇਹ ਚਾਰ ਜ਼ਿਲ੍ਹੇ ਨੇ ਇੱਥੇ ਇਹਦੇ ਵਿੱਚ ਠੀਕ ਹੈ ਮਾਝੇ ਚ ਇਹਦੇ ਵਿੱਚ ਵੀ ਨੇ ਇਹਦੇ ਵਿੱਚ ਕਿੰਨੇ ਨੇ 15 ਨੇ ਅੱਛਾ ਟੋਟਲ ਜ਼ਿਲ੍ਹੇ ਕਿੰਨੇ ਨੇ ਆਪਣੇ 23 ਜ਼ਿਲ੍ਹੇ ਨੇ ਆਪਣੇ ਟੋਟਲ ਓਕੇ ਸੋ ਨਵਾਂ ਨਵਾਂ ਜ਼ਿਲ੍ਹਾ ਕਿਹੜਾ ਬਣਿਆ ਮਲੇਰ ਕੋਟਲਾ ਠੀਕ ਹੈ ਮਲੇਰ ਕੋਟਲਾ ਆਪਣਾ ਨਵਾਂ ਜ਼ਿਲ੍ਹਾ ਬਣਿਆ ਠੀਕ ਹੈ 22 ਜ਼ਿਲ੍ਹੇ ਪਹਿਲਾਂ ਸੀਗੇ ਸੋ ਇਸ ਕਰਕੇ ਇਨਫਾਰਮੇਸ਼ਨ ਆਪਾਂ ਜੀਓਗ੍ਰਾਫੀ ਦੇ ਵਿੱਚ ਕਰਾਂਗੇ ਜਦੋਂ ਆਪਾਂ ਘੋਲ ਕੀਤਾ ਆਪਾਂ ਓਕੇ ਸੋ ਸਾਰੀ ਆਪਾਂ ਖਿਲਾਰ ਦਾਂਗੇ ਫੜ ਕੇ ਟੈਨਸ਼ਨ ਨਹੀਂ ਲੈਣੀ ਇਹਦਾ ਆਨਸਰ ਆਗਾ ਏ ਸੋ ਇਹਨੂੰ ਬੋਲਦੇ ਨੇ ਦਬਾਬ ਓਕੇ ਸੋ ਕੁਐਸਚਨ 8 ਆ ਗਿਆ ਕਹਿੰਦੇ ਪੰਜਾਬ ਨੂੰ ਅੰਗਰੇਜ਼ੀ ਸਮਰਾਜ ਵਿੱਚ ਕਦੋਂ ਮਿਲਾਇਆ ਗਿਆ ਸੋ ਤੁਹਾਨੂੰ ਇਹ ਹੁਣ ਪਤਾ ਲੱਗ ਗਿਆ ਹੋਊਗਾ ਹਨਾ ਕਿ ਕਦਮ ਲਾਇਆ ਗਿਆ ਸੀ ਇਹ ਇਹ ਮਲਾਇਆ ਗਿਆ ਸੀ 1819 ਚ ਨਾ ਬਈ 1875 ਚ ਨਾ ਬਈ 1809 ਦੇ ਵਿੱਚ ਨਹੀਂ ਜੀ ਤੇ 1800 ਕੀ ਹੈ 49 ਸਿਕ ਆਨਸਰ ਆ ਗਿਆ ਡੀ ਹੈ ਤਾਂ ਠੀਕ ਹੈ ਸੋ ਆਨਸਰ ਕੀ ਆ ਗਿਆ ਦਾ ਆਨਸਰ ਆ ਗਿਆ ਜੀ ਇਹਦਾ ਆਨਸਰ ਆ ਗਿਆ ਡੀ ਹੁਣ ਦੇਖੋ ਜਦੋਂ 1849 ਵਿੱਚ ਪੰਜਾਬ ਨੂੰ ਮਲਾਇਆ ਗਿਆ ਉਦੋਂ ਅਖੀਲਾ ਰਾਜਾ ਕੌਣ ਸੀਗਾ ਉਹ ਸੀਗਾ ਦਲੀਪ ਸਿੰਘ ਠੀਕ ਹੈ ਦਲੀਪ ਸਿੰਘ ਇਕੀ ਦਾ ਮੁੰਡਾ ਸੀਗਾ ਇਹ ਸੀਗਾ ਰਣਜੀਤ ਸਿੰਘ ਦਾ ਮੁੰਡਾ ਸੀਗਾ ਠੀਕ ਹੈ ਰਣਜੀਤ ਸਿੰਘ ਦਾ ਮੁੰਡਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਠੀਕ ਹੈ ਸੋ ਇਹਨੂੰ ਫਿਰ ਇਹਦੀ ਪੈਨਸ਼ਨ ਲਾ ਕੇ ਇਹਨੂੰ ਫਿਰ ਕਿੱਥੇ ਭੇਜ ਦਿੱਤਾ ਗਿਆ ਸੀਗਾ ਵਲੈਤ ਠੀਕ ਹੈ ਇੰਗਲੈਂਡ ਵਿੱਚ ਵੀ ਭੇਜ ਦਿੱਤਾ ਗਿਆ ਸੀ ਸੋ ਫਿਰ ਅੰਗਰੇਜ਼ਾਂ ਨੇ ਕੀ ਕੀਤਾ ਇਹਨੂੰ ਆਪਣੇ ਸਾਮਰਾਜ ਵਿੱਚ ਮਿਲਾ ਲਿਆ ਫਿਰ 1849 ਵਿੱਚ ਨਾਮ ਦਿੱਤਾ ਲਾਹੌਰ ਇਹ ਸੂਬਾ ਤੋਂ ਕੱਟ ਕੇ ਨਾਮ ਦਿੱਤਾ ਕੀ ਦਿੱਤਾ ਪੰਜਾਬ ਪੰਜਾਬ ਦਾ ਮਤਲਬ ਕੀ ਹੈ ਕਿ ਪੰਜ ਨਦੀਆਂ ਦੀ ਧਰਤੀ ਓਕੇ ਸੇ ਦਾ ਅਰਥ ਉਹ ਹੈ ਪੰਜ ਨਦੀ ਦੀ ਧਰਤੀ ਠੀਕ ਹੈ ਸੋ ਇਹ ਡੇਟ ਕਿੰਨੀ ਸੀ ਇਹ ਵਾਲੀ ਇਹ ਡੇਟ ਸੀਗੀ ਆਈ ਥਿੰਕ 29 ਮਾਰਚ ਠੀਕ ਹੈ 29 ਮਾਰਚ ਆ ਤੁਸੀਂ ਚੈੱਕ ਕਰ ਲਿਓ ਜੇ ਆਈ ਥਿੰਕ ਮੇਰੇ ਹਿਸਾਬ ਨਾਲ 29 ਮਾਰਚ ਹੀ ਹੋਵੇਗੀ ਓਕੇ ਸੋ ਆ ਦੇਖੋ ਹੁਣ ਮੈਂ ਬੁੱਕ ਦਾ ਪੇਜ ਲੈ ਕੇ ਆਇਆ ਦੇਖੋ ਸਾਰਾ ਕੁਝ ਲਿਖਿਆ ਹੋਇਆ ਇੱਥੇ ਠੀਕ ਹੈ ਆ ਦੇਖੋ ਰਿਗ ਵਿਦ ਦੇਖ ਨੂੰ ਕੀ ਕਹਿੰਦਾ ਸਤ ਸਿੰਧੂ ਕਿ ਆ ਜਾਂਦਾ ਸੀਗਾ ਮਤਲਬ ਕੀ ਸੀਗਾ ਸੱਤ ਨਦੀਆਂ ਦੀ ਧਰਤੀ ਸੱਤ ਨਦੀਆਂ ਕਿਹੜੀਆਂ-ਕਿਹੜੀਆਂ ਸੀਆਂ ਸਿੰਦੂ ਸੀਗੀ ਠੀਕ ਹੈ ਫਿਰ ਸੀਗੀ ਚਨਾਬ ਜੇਹਲਮ ਰਾਵੀ ਠੀਕ ਹੈ ਬਿਆਸ ਸਤਲੁਜ ਤੇ ਸਰਸਵਤੀ ਨਦੀ ਠੀਕ ਹੈ ਸਰਸਵਤੀ ਅੱਜ ਕੱਲ ਕੀ ਆ ਅਲੋਪ ਹੋ ਚੁੱਕੀ ਹੈ ਠੀਕ ਹੈ ਇਹਦਾ ਮਤਲਬ ਉਹ ਵਿੱਚ ਨਾਮ ਸ਼ਾਮ ਹੀ ਇਹਦਾ ਕੱਲਰ ਰਹਿ ਚੁੱਕਿਆ ਹੈ ਠੀਕ ਹੈ ਹੁਣ ਦੇਖੋ ਆਉਣ ਵਾਲੇ ਦੇਖੋ ਕੋ ਜਿਹੜੇ ਪੇਪਰ ਆਉਣਗੇ ਆਉਣ ਵਾਲੇ ਜਿਹੜੇ ਕੁਐਸਚਨ ਆਨਸਰ ਆਉਣਗੇ ਮੈਂ ਉਹਨਾਂ ਦੇ ਨਾਮ ਲੈ ਕੇ ਆਉਂਗਾ ਕਿ ਜੇਹਲਮ ਦਾ ਪੁਰਾਣਾ ਨਾਮ ਕੀ ਸੀਗਾ ਠੀਕ ਹੈ ਚਨਾਬ ਦਾ ਪੁਰਾਣਾ ਨਾਮ ਕੀ ਸੀਗਾ ਰਾਵੀ ਦਾ ਪੁਰਾਣਾ ਨਾਮ ਕੀ ਸੀਗਾ ਠੀਕ ਹੈ ਬਿਆਸ ਦਾ ਪੁਰਾਣਾ ਨਾਮ ਕੀ ਸੀ ਤੇ ਸਤਲੁਜ ਦਾ ਕੀ ਸੀਗਾ ਤੁਸੀਂ ਹੁਣੀ ਹੁਣ ਨੋਟਸ ਬਣਾ ਕੇ ਉੱਥੇ ਲਿਖ ਲੈਣੇ ਨੇ ਠੀਕ ਹੈ ਤੇ ਫਿਰ ਕੱਲ੍ਹ ਨੂੰ ਕੁਐਸਚਨ ਆਏ ਤੇ ਫਿਰ ਤੁਸੀਂ ਕੀ ਕਰਨਾ ਮਿੰਟਾਂ ਸਕਿੰਟਾਂ ਦੇ ਵਿੱਚ ਖਤਮ ਕਰ ਦੇਣਾ ਠੀਕ ਹੈ ਦੇਖੋ ਪੰਚਨਾਦ ਕੋਦੋਂ ਕਹਿੰਦੇ ਸੀਗੇ ਪਟਾਮੀਆ ਕੋਦੋਂ ਕਹਿੰਦੇ ਸੀਗੇ ਠੀਕ ਹੈ ਸੋ ਸਾਰਾ ਇਹਦੇ ਵਿੱਚ ਲਿਖਿਆ ਹੋਇਆ ਤੁਸੀਂ ਪਲੀਜ਼ ਇਨ ਰੀਡ ਕਰਿਓ ਠੀਕ ਹੈ ਆ ਦੇਖੋ ਟੱਕ ਪ੍ਰਦੇਸ਼ ਬਾਰੇ ਵੀ ਲਿਖਿਆ ਹੋਇਆ ਠੀਕ ਹੈ ਸੇਕੀਆ ਦਾ ਠੀਕ ਹੈ ਜਿਹੜਾ ਚੀਨੀ ਯਾਤਰੀ ਆਇਆ ਸੀ ਹੈਨਸੰਗ ਉਸਨੇ ਇਸ ਪ੍ਰਦੇਸ਼ ਨੂੰ ਸੇਕੀਆ ਦਾ ਨਾਮ ਦਿੱਤਾ ਸੀ ਹੈ ਕਿਨੂੰ ਕਿਹਾ ਸੀਗਾ ਟੱਕ ਪ੍ਰਦੇਸ਼ ਨੂੰ ਕਿਹਾ ਸੀਗਾ ਤੇ ਆਪਣਾ ਵਿਚਾਰ ਸੀ ਓਕੇ ਸੇਕਿਆ ਕਿਉਂਕਿ ਆ ਉੱਥੋਂ ਆਇਆ ਸੀ ਤੇ ਇਹਨੇ ਆਪ ਦੋ ਇਹਨੇ ਆਪ ਹੀ ਕਹਤਾ ਵੀ ਸੇਕਿਆ ਸੇਕਿਆ ਠੀਕ ਹੈ ਸੇਕਿਆ ਠੀਕ ਹੈ ਸਲਹੌਰ ਸੁਬਾ ਕਹਿਣ ਜਾਣ ਲੱਗਿਆ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਫਿਰ ਜਦੋਂ 1849 ਆਇਆ ਤੇ ਇਹਨੂੰ ਫਿਰ ਪੰਜਾਬ ਦਾ ਨਾਮ ਦਿੱਤਾ ਗਿਆ ਠੀਕ ਹੈ ਸੋ ਇਹ 9ਥ ਕਲਾਸ ਦਾ ਭਾਗ ਪਹਿਲੇ ਦਾ ਪਹਿਲਾ ਚੈਪਟਰ ਹੈ ਠੀਕ ਹੈ ਭਾਗ ਪਹਿਲਾ ਨੇ ਦੂਜਾ ਭਾਗ ਠੀਕ ਹੈ ਸੋ ਤੁਸੀਂ ਇਹਦੇ ਵਿੱਚ ਤੁਸੀਂ ਆਪ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ ਨੋਟਸ ਕੱਢਿਆ ਕਰੋ ਜਿਹੜੀ ਜੀ ਨਹੀਂ ਸਮਝ ਲੱਗਦੀ ਮੈਂ ਐਨਸੀਆਰਟੀ ਤੁਸੀਂ ਕੁਐਸਚਨ ਬਣਾਉਣਾ ਹੁੰਦਾ ਓਕੇ ਠੀਕ ਹੈ ਸੋ ਅੱਜ ਦਾ ਥੋੜਾ ਟੱਚ ਹੈ ਕੱਲ ਨੂੰ ਤੁਹਾਨੂੰ ਪੂਰਾ 30 35 ਮਿੰਟ ਦਾ ਲੈਕਚਰ ਮਿਲੂਗਾ ਅੱਜ ਥੋੜਾ ਲੈਕਚਰ ਘੱਟ ਹੋਊਗਾ ਕਿਉਂਕਿ ਮੈਂ ਅੱਜ ਕੁਐਸਚਨ ਥੋੜੇ ਜਿਹਾ ਘੱਟ ਮੇਰੇ ਤੋਂ ਫਰੇਮ ਹੋ ਗਿਆ ਠੀਕ ਹੈ ਸੋ ਮੈਂ ਆਪ ਹੀ ਕੁਐਸਚਨ ਤੁਹਾਨੂੰ ਪਤਾ ਹੈ ਐਨਸੀਆਰਟੀ ਵਿੱਚੋਂ ਕੱਢ-ਕੱਢ ਕੇ ਲੈ ਕੇ ਆਉਣਾ ਖੋਦ-ਖੋਦ ਕੇ ਸੋ ਕਿਉਂਕਿ ਤੁਹਾਡਾ ਵਧੀਆ ਤਰੀਕੇ ਨਾਲ ਰਿਵੀਜ਼ਨ ਹੋ ਜਾਈ ਓਕੇ ਚਲੋ ਕਹਿੰਦਾ ਪੰਜਾਬ ਦੇ ਮੈਦਾਨੀ ਭਾਗ ਹਨ ਦੇਖੋ ਪੰਜਾਬ ਦੇ ਮੈਦਾਨੀ ਮੈਦਾਨ ਮਤਲਬ ਖੁੱਲੇ ਮਤਲਬ ਕੋਈ ਪਹਾੜ ਨਹੀਂ ਸੋ ਆਪ ਨੂੰ ਪਤਾ ਹੀ ਆ ਹੁਣ ਰੇਤਲੇ ਤਾਂ ਹੈ ਹੀ ਨਹੀਂ ਗਏ ਨਾ ਜੰ ਕਿਤੇ ਕਿਨੇ ਬਹੁਤ ਖੁਸ਼ਹਾਲ ਨੇ ਇੱਥੇ ਮਿੱਟੀ ਬਹੁਤ ਵਧੀਆ ਹੈ ਅੱਛਾ ਸਭ ਤੋਂ ਮਿੱਟੀ ਵੱਧ ਕਿਹੜੀ ਪਾਈ ਜਾਂਦੀ ਹੈ ਤਾਂ ਲੇਖ ਲਓ ਜਲੋਡ ਮਿੱਟੀ ਪਾਈ ਜਾਂਦੀ ਹੈ ਜਿਹਨੂੰ ਇੰਗਲਿਸ਼ ਵਿੱਚ ਬੋਲਦੇ ਨੇ ਐਲੂ ਵਿਲਾਈਲ ਸੋਇਰ ਬੋਲਦੇ ਨੇ ਠੀਕ ਹੈ ਸੋ ਆਨਸਰ ਕੀ ਆਊਗਾ ਇਹਦਾ ਆਨਸਰ ਆਊਗਾ ਇਹਦਾ ਏ ਆਨਸਰ ਠੀਕ ਹੈ ਚਲੋ ਨੈਕਸਟ ਕਰੋ ਕਹਿੰਦਾ ਪੰਜਾਬ ਨੂੰ ਇਹਨਾਂ ਨਾਵਾਂ ਵਿੱਚੋਂ ਕਿਹੜਾ ਨਾਮ ਨਾਲ ਨਹੀਂ ਜਾਣਿਆ ਜਾਂਦਾ ਸੀ ਠੀਕ ਹੈ ਸੋ ਕੀ ਆਊਗਾ ਇਹਦਾ ਆਨਸਰ ਇਹਦਾ ਆਨਸਰ ਆਊਗਾ ਦੇਖੋ ਹਣ ਪੰਚਨਾ ਦਾ ਆਪਾਂ ਸੁਣਿਆ ਹਾਂਜੀ ਸੁਣਿਆ ਹੈ ਇਕ ਸਬਤ ਸਿੰਧੂ ਹਾਂਜੀ ਸੁਣਿਆ ਲਾਹੌਰ ਸੂਬਾ ਹਾਂਜੀ ਸੋ ਦੱਖਣ ਕਿਧਰੋਂ ਆ ਗਿਆ ਯਾਰ ਦੱਖਣ ਤਾਂ ਥੱਲੇ ਆ ਗਿਆ ਨਾ ਦੱਖਣ ਆ ਦੇਖੋ ਦੱਖਣ ਪੂਰਬੀ ਕਹਤੇ ਨੇ ਤਾਂ ਆਪਣਾਗਾ ਉੱਤਰ ਪੂਰਬੀ ਹੈ ਜੇਕਰ ਇੱਥੇ ਲਿਖਿਆ ਹੋਦਾ ਉੱਤਰ ਪੂਰਬੀ ਫਿਰ ਆਪਾਂ ਇਹਨੂੰ ਵੀ ਸਹੀ ਕਰ ਦਿੰਦੇ ਤਾਂ ਸਾਰੇ ਸਹੀ ਸੋ ਕਹਿੰਦਾ ਕਿਹੜੇ ਵਿੱਚੋਂ ਨਾਮ ਨਾਲ ਨਹੀਂ ਜਾਣਾ ਜਾਂਦਾ ਨਹੀਂ ਮਤਲਬ ਡੀ ਆਨਸਰ ਆ ਗਿਆ ਠੀਕ ਹੈ ਸੋ ਦੱਖਣੀ ਹੈ ਆਪਣਾ ਉੱਤਰ ਦੱਖਣੀ ਹੈ ਉੱਤਰ ਵਾਲੇ ਪਾਸੇ ਆਪਣੇ ਠੀਕ ਹੈ ਉੱਤਰ ਦੱਖਣ ਉੱਤਰ ਵਾਲੇ ਪਾਸੇ ਕੀ ਹੈ ਪੂਰਬੀ ਹੈ ਠੀਕ ਹੈ ਪੂਰਬੀ ਹੈ ਓਕੇ ਇਹਦਾ ਆਨਸਰ ਆਊਗਾ ਡੀ ਆਨਸਰ ਆਜੂਗਾ ਲੱਗੀ ਸਮਝ ਚਲੋ ਉਹ ਕਹਿੰਦਾ ਪੰਜਾਬ ਦਾ ਅਰਥ ਕੀ ਹੈ ਹੁਣ ਦੇਖੋ ਪੰਜਾਬ ਦਾ ਅਰਥ ਸੋ ਕੀ ਹੈ ਸੋ ਪੰਜਾਬ ਦਾ ਅਰਥ ਕੀ ਹੈ ਪੰਜ ਨਹਿਰਾਂ ਦਾ ਦੇਸ਼ ਨਹਿਰਾ ਹੁੰਦੀਆਂ ਨੇ ਕਿਉਂ ਹੁੰਦੀਆਂ ਨੇ ਨਹਿਰਾ ਪੰਜ ਨਦੀਆਂ ਦਾ ਪ੍ਰਦੇਸ਼ ਠੀਕ ਹੈ ਪੰਜ ਨਦੀਆਂ ਦਾ ਦੇਸ਼ ਠੀਕ ਹੈ ਸੋ ਪੰਜ ਨਦੀਆਂ ਦਾ ਪ੍ਰਾਂਤ ਸੋ ਇਹ ਦੇਸ਼ ਥੋੜਾ ਪੰਜਾਬ ਇਹ ਤਾਂ ਇੱਕ ਪ੍ਰਦੇਸ਼ ਹੈ ਸੋ ਆਨਸਰ ਕੀ ਬਣ ਜੂਗਾ ਦਾ ਬੀ ਆਨਸਰ ਬਣ ਜੂਗਾ ਠੀਕ ਹੈ ਸੋ ਦੇਸ਼ ਨਹੀਂ ਹੈਗਾ ਕਿਉਂਕਿ ਪੰਜ ਨਹਿਰਾ ਥੋੜਾ ਨੇ ਇੱਥੇ ਸੋ ਨਦੀਆਂ ਪੰਜ ਦੇਸ਼ ਨਹੀਂ ਹੈਗਾ ਕੋਈ ਪ੍ਰਾਂਤ ਨਹੀਂ ਹੈ ਸੋ ਅੰਤਰਰਾਧਨ ਬਣ ਜਾਊਗਾ ਬੀ ਆਨਸਰ ਲੱਗੀ ਸਮਝ ਠੀਕ ਹੈ ਸੋ ਪੰਜ ਨਹਿਰਾ ਕਿਹੜੀਆਂ-ਕਿਹੜੀਆਂ ਨੇ ਚਲੋ ਆਪਾਂ ਰਿਵਾਈਜ਼ ਕਰ ਲੈਨੇ ਆ ਪੰਜ ਨਹਿਰਾ ਆਪਣੇ ਇੱਕ ਤਾਂ ਦੇਖੋ ਪੰਜਾਬ ਨਾਲ ਵਾਲਾ ਇਹ ਆ ਪੰਜਾਬ ਨਾਲ ਸੋ ਇੱਥੋਂ ਆਉਂਦੀ ਆ ਸਤਲੁਜ ਇੱਥੋਂ ਆਉਂਦੀ ਆ ਰਾਵੀ ਇੱਥੇ ਮਿਲ ਜਾਂਦੀ ਹੈ ਠੀਕ ਹੈ ਸੋ ਇੱਥੋਂ ਫਾਜ਼ਿਲਕਾ ਮੇਰੇ ਸ਼ਹਿਰ ਦੇ ਕੋਲ ਦੀ ਨਗ ਜਾਂਦੀ ਹੈ ਠੀਕ ਹੈ ਉੱਤੋਂ ਆਉਂਦੀ ਆ ਰਾਵੀ ਫਿਰ ਚਨਾਬ ਹੈ ਤੇ ਫਿਰ ਕੀ ਹੈ ਜੇਹਲਮ ਹੈ ਠੀਕ ਹੈ ਪੰਜ ਨਦੀਆਂ ਨੇ ਆਪਣੇ ਇੰਡੀਆ ਦੇ ਵਿੱਚ ਜਿਹੜੀਆਂ ਇੰਡਸ ਰੀਵਰ ਜਿਹੜੀ ਸਿੰਧ ਨਦੀ ਹੈ ਨਾ ਸਿੰਧ ਨਦੀ ਦੀਆਂ ਸਹਾਇਕ ਇਹ ਨਦੀਆਂ ਨੇ ਸਿੰਧ ਠੀਕ ਹੈ ਸੋ ਪੰਜ ਨਦੀਆਂ ਨੇ ਇਹ ਇਹਦਾ ਨਾਮ ਸੀ ਯਾਦ ਰੱਖਣਾ ਸੋ ਅੱਜ ਆਪਣੇ ਭਾਰਤ ਚ ਕਿੰਨੀਆਂ ਵਗਦੀਆਂ ਨੇ ਤਿੰਨ ਵਗਦੀਆਂ ਨੇ ਇੰਡੀਆ ਦੇ ਵਿੱਚ ਓਕੇ ਸੋ ਇੰਡੀਆ ਚ ਤਿੰਨ ਔਰ ਇੱਕ ਜਿਹੜੀ ਪੂਰੀ ਪੂਰੀ ਜਿਹੜੀ ਨਦੀ ਆ ਉਹ ਕੌ ਕਿਹੜੀ ਆ ਉਹ ਉਹ ਹੈਗੀ ਇੰਡੀਆ ਦੇ ਵਿੱਚ ਬਿਆਸ ਇਹ ਯਾਦ ਰੱਖਿਓ ਜੀ ਠੀਕ ਹੈ ਜਿਹੜੀ ਬਿਆਸ ਨਦੀ ਹੈ ਨਾ ਬਿਆਸ ਬਿਆਸ ਨਦੀ ਪੂਰੀ ਦੀ ਪੂਰੀ ਜਿੱਥੋਂ ਸ਼ੁਰੂ ਹੁੰਦੀ ਹੈ ਤੇ ਜਿੱਥੋਂ ਖਤਮ ਹੁੰਦੀ ਹੈ ਤੁਹਾਛਲੇ ਪ੍ਰਦੇਸ਼ ਦੇ ਵਿੱਚ ਸ਼ੁਰੂ ਹੁੰਦੀ ਹੈ ਪੰਜਾਬ ਵਿੱਚ ਖਤਮ ਹੋ ਜਾਂਦੀ ਹੈ ਠੀਕ ਹੈ ਮਿਲ ਜਾਂਦੀ ਹੈ ਕਿੱਥੇ ਮਿਲਦੀ ਹੈ ਹਰੀਕੇ ਪੱਤਨ ਠੀਕ ਹੈ ਤਰਨਤਾਰਨ ਦੇ ਵਿੱਚ ਸੋ ਇਹ ਪੂਰੀ ਦੀ ਪੂਰੀ ਭਾਰਤ ਚ ਹੈ ਬਾਕੀ ਸਾਰੀਆਂ ਨਦੀਆਂ ਭਾਰਤ ਤੋਂ ਠਿੱਕੀ ਕਿੱਥੇ ਇਹ ਬਾਹਰ ਜਾਂਦੀਆਂ ਨੇ ਓਕੇ ਚਲੋ ਨੈਕਸਟ ਕੁਐਸਚਨ ਦੇਖੋ ਹੁਣ ਉਹ ਕਹਿੰਦਾ ਕਿ ਪੰਜਾਬ ਦੇ ਉੱਤਰ ਵਿੱਚ ਇਹਨਾਂ ਵਿੱਚੋਂ ਕੀ ਹਨ ਦੇਖੋ ਪੰਜਾਬ ਦੇ ਉੱਤਰ ਵਿੱਚ ਨਾ ਉੱਤਰ ਦੇਖੋ ਉੱਤਰ ਚ ਕੀ ਹੈ ਅਰਾਵਲੀ ਨਹੀਂ ਜੀ ਅਰਾਵਲ ਤਾਂ ਯਾਰ ਆਪਣੇ ਰਾਜਸਥਾਨ ਦੇ ਵਿੱਚ ਪਾਈ ਜਾਂਦੀ ਹੈ ਜਾਸਕਰ ਨਾ ਜਾਸਕਰ ਵੀ ਨਹੀਂ ਹੈ हिमालय है ठीक है हिमालय पाई जाती है ठीक है सो हिमालय पाई जाती है उत्तर ਦੇ ਵਿੱਚ ਜਿੱਦ ਕਰਕੇ ਆਪ ਨੂੰ ਮੀਂਹ ਮੀਂਹ ਆਉਂਦਾ ਬਾਰਿਸ਼ ਆਉਂਦੀਆਂ ਨੇ ਠੀਕ ਹੈ ਇਹ ਆਪਣੀਆਂ ਜਦੋਂ ਮੀਂਹ ਪੈਂਦਾ ਨਾ ਮੌਨਸੂਨ ਆਉਂਦਾ ਸੋ ਇਹਦੇ ਵਿੱਚ ਕੀ ਬਹੁਤ ਵੱਡਾ ਯੋਗਦਾਨ ਹੁੰਦਾ ਆਪਾਂ ਪੜਾਂਗੇ ਜਦੋਂ ਜੀਓਗ੍ਰਾਫੀ ਕੀਤੀ ਨਾ ਆਪਾਂ ਭੂਗੋਲ ਕੀਤਾ ਆਪੇ ਨੂੰ ਪੂਰੀ ਤਰ੍ਹਾਂ ਆਪਾਂ ਇਹਨਾਂ ਨੂੰ ਖੋਲ ਦੇਾਂਗੇ ਠੀਕ ਹੈ ਕੋਈ ਚਿੰਤਾ ਨਹੀਂ ਕਰਨੀ ਤੁਸੀਂ ਚਿੰਤਾ ਬਿਲਕੁਕੁਲ ਨਹੀਂ ਕਰਨੀ ਸੋ ਨੀਲਗIRI ਤਾਂ ਆਪਣਾ ਉਧਰ ਆ ਗਏ ਨਾ ਜਿਹੜੀਆਂ ਵੈਸਟਰਨ ਇੱਥੇ ਇੱਥੇ ਮਿਲਦੇ ਨੇ ਕੇਰਲ ਚ ਵੈਸਟਰਨ ਕਾਰਡ ਦੇ ਵਿੱਚ ਆਈਆਂ ਸੋ ਇਹ ਉੱਚੀ ਚੋਟੀ ਹੈ ਨੀਲਗIRI ਠੀਕ ਹੈ ਪਹਾੜੀਆਂ ਨੇ ਇਹ ਓਕੇ ਸੋ ਆਪਾਂ ਇਨ ਭੰਗੋਲ ਚ ਕਰਾਂਗੇ ਫਿਰ ਆਪਾਂ ਇਹ ਤਾਂ ਹਿਸਟਰੀ ਨੂੰ ਟੱਚ ਦੇ ਰਹੇ ਆਂ ਆਪਾਂ ਇੱਕ ਥੋੜਾ ਜਿਹਾ ਠੀਕ ਹੈ ਥੋੜਾ ਜਿਹਾ ਟੱਚ ਦੇ ਰਹੇ ਆਂ ਆਪਾਂ ਅੱਜ ਥੋੜਾ ਜਿਹਾ ਆਪਾਂ ਬਸ ਥੋੜਾ ਬੋਟਾ ਕਰਦੇ ਵੈਸੇ ਲੈਕਚਰ ਤਾਂ ਕਾਫੀ ਹੋ ਗਿਆ 18-19 ਮਿੰਟ ਤਾਂ ਹੋ ਗਿਆ ਨਾ ਸੋ ਕੱਲ ਕਰਾਂਗੇ ਆਪਾਂ ਫਿਰ 30 ਤੋਂ 35 ਮਿੰਟ ਦਾ ਲੈਕਚਰ ਹੋਊਗਾ ਬਿਲਕੁਲ ਹਿਸਟਰੀ ਹੋਊਗੀ ਨਿਚੋੜੀ ਹੋਈ ਓਕੇ ਸੋ ਇੱਕ ਦੋ ਕੁਸ਼ਣ ਰਹਿ ਗਏ ਫਿਰ ਆਪਾਂ ਚੱਲਦੇ ਆਂ ਰੋਟੀ ਪਾਣੀ ਖਾਣੇ ਆਂ ਸਾਗ ਬਣਾ ਹੈ ਪੈ ਠੀਕ ਹੈ ਦੋ ਨਦੀਆਂ ਵਿਚਕਾਰ ਲਿਖਿਆ ਤੁਨ ਕੀ ਬੋਲਦੇ ਨੇ ਸੋ ਮੈਂ ਹੁਣੀ ਦੱਸ ਕੇ ਤਾਂ ਆ ਕੀ ਬੋਲਦੇ ਨੇ ਦਬਾਬ ਬੋਲਦੇ ਨੇ ਦੁਬਾਰਾ ਮੈਂ ਲਾਈਕ I think ਕੁਐਸਚਨ ਰਿਪੀਟ ਹੋ ਗਿਆ ਓਕੇ ਸੋ ਪੰਜਾਬ ਹਿਮਾਲਿਆ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਸੋ ਪੰਜਾਬ ਹਿਮਾਲਿਆ ਨੂੰ ਕਿੰਨੇ ਚ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਠੀਕ ਹੈ ਇੱਕ ਹੈਗਾ ਉੱਪਰਲਾ ਇੱਕ ਹੈਗਾ ਮੱਧ ਵਾਲਾ ਇੱਕ ਹੈਗਾ ਬਾਹਰੀ ਓਕੇ ਸੋ ਇਹਨੂੰ ਕੀ ਬੋਲਦੇ ਨੇ ਇਹਨੂੰ ਬੋਲਦੇ ਨੇ ਇਥੇ ਨਾਮ ਯਾਰ ਹਿਮਾਲਾ ਠੀਕ ਹੈ ਇਹਨੂੰ ਹਿਮਾਲਿਆ ਹੀ ਬੋਲਦੇ ਨੇ ਇਨੂੰ ਮਾਦਮ ਬੋਲਦੇ ਨੇ ਇਹਨੂੰ ਬੋਲਦੇ ਨੇ ਬਾਰੀ ਬੋਲਦੇ ਨੇ ਸੋ ਬਾਕੀ ਫਿਰ ਆਪਾਂ ਕਰਾਂਗੇ ਜੋ ਕਿ ਜੀਓਗ੍ਰਾਫੀ ਦੇ ਵਿੱਚ ਸੋ ਚਲੋ ਮੈਂ ਇੱਕ ਦਾ ਪੁਆਇੰਟ ਦੱਸ ਦਿੰਦਾ ਇਹਦੀ ਜਿਹੜੀ ਲੈਂਥ ਆ ਪੂਰੀ ਲੈਂਥ ਕਿੰਨੀ ਹੈ ਦੀ 2400 ਕਿਲੋਮੀਟਰ ਹੈ ਜਿਹੜੀ ਇਹ ਚੌੜਾਈ ਹੈ ਇਹ ਹੈਗੀ 200 ਤੇ 50 ਹੈਗੀ ਹੈ ਓਕੇ ਜਿਹੜੀ ਇਹਦੀ ਜਿਹੜੀ ਇਹਦੀ ਉੱਚੀ ਚੋਟੀ ਆ ਉਹ ਹੈਗੀ ਮਾਉਂਟ ਐਵਰੇਸਟ ਮਾਉਂਟ ਐਵਰੇਸਟ ਠੀਕ ਹੈ ਕਿੰਨੀ ਹੈ ਉਹ 8800 ਤੇ 8800 ਦੇ ਆਪਣਾ 85 ਓਕੇ 8885 ਹੈ ਠੀਕ ਹੈ ਸੋ ਇਹ ਦੀ ਜਿਹੜੀ ਇਹ ਕਿੱਥੇ ਪਾਈ ਜਾਂਦੀ ਹੈ ਇਹ ਪਾਈ ਜਾਂਦੀ ਹੈ ਨੇਪਾਲ ਦੇ ਵਿੱਚ ਠੀਕ ਹੈ ਇੰਡੀਆ ਦੇ ਵਿੱਚ ਸਭ ਤੋਂ ਉੱਚੀ ਚੋਟੀ ਕਿਹੜੀ ਹੈ K2 ਠੀਕ ਹੈ ਜਿਹਨੂੰ ਬੋਲਦੇ ਨੇ ਗੋਰਡਨ ਆਸਟਿਨ ਠੀਕ ਹੈ ਅੱਛਾ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਕਿੱਥੇ ਹੈ ਆਪਣੇ ਇੰਡੀਆ 'ਚ ਜਿਹਨੂੰ ਬੋਲਦੇ ਨੇ ਕੰਚਨ ਜੰਗਾ ਠੀਕ ਹੈ ਕੰਚਨ ਜੰਗਾ ਠੀਕ ਹੈ ਕਿਸ ਦਾ ਨਾਮ ਕੰਚਨ ਤਾਂ ਨਹੀਂ ਠੀਕ ਹੈ ਕੰਚਨ ਜੰਗਾ ਇਹ ਕੀ ਹੈ ਇਹ ਹਿਮਾਲਿਆ ਨਹੀਂ ਹੈਗੀ ਆ ਵਾਲੀ ਇਹ ਹਿਮਾਲੇ 'ਚ ਪਾਈ ਜਾਂਦੀ ਹੈ ਠੀਕ ਹੈ ਇਹ ਨੇਪਾਲ ਚ ਪਾਈ ਜਾਂਦੀ ਜਿਹੜੀ ਮਾਉਂਟ ਐਵਰੈਸਟ ਹੈ ਠੀਕ ਹੈ ਸੋ ਇਸ ਤਰ੍ਹਾਂ ਤੁਸੀਂ ਯਾਦ ਰੱਖਣਾ ਓਕੇ ਪੰਜਾਬ ਦੀਆਂ ਨਦੀਆਂ ਦਾ ਪ੍ਰਭਾਵ ਤੇ ਪੰਜਾਬ ਦਾ ਨਦੀਆਂ ਦਾ ਪੰਜਾਬ ਤੇ ਕੀ ਪ੍ਰਭਾਵ ਪਿਆ ਦੇਖੋ ਆਪ ਨੂੰ ਉਹਨੇ ਮਿੱਟੀ ਦਿੱਤੀ ਹੈ ਕੋਈ ਸ਼ੱਕ ਨਹੀਂ ਵੀ ਦਿੱਤੀ ਹੈ ਮਿੱਟੀ ਆਪਣੀ ਜਿਹੜੀ ਜਲੋੜ ਮਿੱਟੀ ਹੈ ਹਨਾ ਸੋ ਜਿਹੜੀ ਆਪਣਾ ਪਹਿਲਾ ਜਿਹੜਾ ਜਿਹੜਾ ਏਰੀਆ ਆਉਂਦਾ ਉਹਨੂੰ ਬੱਬਰ ਦਾ ਏਰੀਆ ਬੋਲਦੇ ਨੇ ਬਾਬਰ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਤਰਾਈ ਆਉਂਦਾ ਫਿਰ ਬੰਗਰ ਆਉਂਦਾ ਠੀਕ ਹੈ ਫਿਰ ਇਸ ਤਰ੍ਹਾਂ ਕਰਕੇ ਆਪਾਂ ਜੀਓਗ੍ਰਾਫੀ ਚ ਕਰਾਂਗੇ ਮਿੱਟੀਆਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ ਠੀਕ ਹੈ ਮਿੱਟੀਆਂ ਦੀਆਂ ਕਿਸਮਾਂ ਕਰਾਂਗੇ ਕਿੱਥੇ ਕਿੱਥੇ ਕਿਹੜੀ ਮਿੱਟੀ ਪਾਈ ਜਾਂਦੀ ਹੈ ਹਮਲਾਵਾਰਾਂ ਨੂੰ ਰਿਕਵਰ ਦਾ ਕੰਮ ਕੀਤਾ ਹਾਂਜੀ ਕਿਉਂਕਿ ਨਦੀਆਂ ਵਗਦੀਆਂ ਸੀਗੀਆਂ ਉੱਤੋਂ ਟੱਪਣਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਸੀਗਾ ਕੁਦਰਤੀ ਹੱਦਾਂ ਦਾ ਕੰਮ ਕੀਤਾ ਹਾਂਜੀ ਸੋ ਆਨਸਰ ਕੀ ਆਏਗਾ ਦਾ ਆਨਸਰ ਆਊਗਾ ਡੀ ਜਦੋਂ ਵੀ ਤੁਹਾਨੂੰ ਮੈਂ ਦੱਸਿਆ ਨਾ ਜਦੋਂ ਵੀ ਕੁਐਸਚਨ ਦੇ ਵਿੱਚ ਸਾਰੇ ਆ ਗਿਆ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਤੁਹਾਨੂੰ ਸਾਰੇ ਦੇ ਸਾਰੇ ਬਾਰੀ ਦਬਾਬ ਨੂੰ ਕੀ ਕਹਿਆ ਜਾਂਦਾ ਹੁਣ ਦੇਖੋ ਬਾਰੀ ਬਾਰੀ ਖੋਲਣੀ ਆਪਾਂ ਕਿਹਦੀ ਕਿਹਦੀ ਦੇਖੋ ਹੁਣ ਇਹਨੂੰ ਤੋੜ ਦੋ ਬਾ ਮਤਲਬ ਬਾ ਮਤਲਬ ਹੁੰਦਾ ਜੀ ਵਿਆਸ ਤੇ ਆਰ ਰਾਵੀ ਮਤਲਬ ਕੀ ਹੈ ਰਾਵੀ ਹੁਣ ਦੇਖੋ ਵਿਆਸ ਤੇ ਰਾਵੀ ਵਿਆਸ ਤੇ ਰਾਵੀ ਦੱਸਿਆ ਸੀ ਨਾ ਪਿੱਛੇ ਵੀ ਆ ਗਈ ਵਿਆਸ ਉੱਤੇ ਆ ਗਈ ਰਾਵੀ ਇਹਨੂੰ ਬੋਲਦੇ ਨੇ ਮਾਝਾ 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 ਚਾਰ ਜ਼ਿਲ੍ਹੇ ਨੇ ਕਿਹੜੇ ਕਿਹੜੇ ਨੇ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਤੇ ਇੱਕ ਹੋਰ ਸੀਗਾ ਤਰਨਤਾਰਨ ਓਕੇ ਸੋ ਆਵਰਾ ਕੁਛ ਨਹੀਂ ਆਊਗਾ ਆ ਦੇਖੋ ਸਾਰੀ ਐਕਸਪਲੇਨ ਪਿਆ ਸਿੰਧ ਸਾਗਰ ਕਿਨੂ ਬੋਲਦੇ ਨੇ ਚੱਜ ਕਿਨੂ ਬੋਲਦੇ ਨੇ ਹੁਣ ਦੇਖੋ ਚੱਜ ਦਾ ਮਤਲਬ ਕੀ ਹੈ ਚੱਜ ਦਾ ਮਤਲਬ ਹੈਗਾ ਕਿ ਤੋੜ ਦੋ ਦੋਨਾਂ ਨੂੰ ਤੋੜ ਦੋ ਤੁਸੀਂ ਠੀਕ ਹੈ ਦੋਨਾਂ ਨੂੰ ਤੋੜ ਦੋ ਚੱਜ ਤੇ ਇਹਨੂੰ ਚੱਜ ਮਤਲਬ ਚਾਚਾ ਕੀ ਹੈ ਚਾਚਾ ਹੈਗਾ ਆਪਣਾ ਜਨਾਬ ਜੱਜਾ ਜਿਲ੍ਹ ਮੈਂ ਰਚਨਾ ਕੀ ਹੈ ਆਰ ਮਤਲਬ ਰਾਵੀ ਚਾਚਾ ਨੰਨਾ ਜਨਾਬ ਹੈ ਠੀਕ ਹੈ ਬਾਰੀ ਵੀ ਤੁਸੀਂ ਤੋੜ ਦੋ ਬਿਸਤ ਵੀ ਜੋੜ ਦੋ ਠੀਕ ਹੈ ਬਿਸਤ ਮਤਲਬ ਕੀ ਆ ਬੱਬਾ ਮਤਲਬ ਬਿਆਸ ਸਸਤਤਾ ਮਤਲਬ ਸਤਲੂਜ ਓਕੇ ਸੋ ਇਹਨਾਂ ਦੋਨਾਂ ਦੇ ਏਰੀਏ ਦੇ ਵਿੱਚ ਵਿੱਚ ਏਰੀਆ ਦਾ ਨਾਮ ਰੱਖਿਆ ਹੋਇਆ ਓਕੇ ਜੇ ਸਤਲੂਜ ਆ ਗਈ ਆ ਗਈ ਬਿਆਸ ਇਹਦਾ ਨਾਮ ਰੱਖਤਾ ਫਿਰ ਅੱਗੇ ਆ ਗਈ ਰਾ ਵੀ ਇਹਦਾ ਨਾਮ ਰੱਖਤਾ ਓਕੇ ਇਸ ਤਰੀਕੇ ਨਾਲ ਮਾਲਵਾ ਤੇ ਬੰਗੜਾ ਇਸ ਤਰੀਕੇ ਨਾਲ ਹੀ ਆ ਮਾਲਵਾ ਕੀ ਤੇ ਆ ਬੰਗੜਾ ਕੀ ਸੋ ਤੁਸੀਂ ਆਹ ਵਾਲਾ ਸਾਰਾ ਏਰੀਆ ਆਪਣਾ ਪੜ੍ਹ ਲੈਣਾ ਠੀਕ ਹੈ ਦੇਖੋ ਜਿਹੜਾ ਸਤਲੂਜ ਤੇ ਖੱਗਰ ਦੇ ਵਿਚਕਾਰ ਏਰੀਆ ਨੂੰ ਕੀ ਬੋਲਦੇ ਨੇ ਇਹਨੂੰ ਬੋਲਦੇ ਨੇ ਮਾਲਵਾ ਠੀਕ ਹੈ ਸੋ ਇਹਦਾ ਕੁਐਸਚਨ ਆਈ ਥਿੰਕ ਰਹਿ ਗਿਆ ਸੋ ਇਹਨੂੰ ਬੋਲਦੇ ਨੇ ਮਾਲਵਾ ਮਾਲਵਾ ਏਰੀਆ ਆਪਣਾ ਠੀਕ ਹੈ ਸੋ ਇਹ ਆਨਸਰ ਆ ਗਿਆ ਸੋ ਠੀਕ ਹੈ ਸੋ ਥੈਂਕ ਯੂ ਵੈਰੀ ਮੱਚ ਲਵ ਯੂ ਆਲ ਠੀਕ ਹੈ ਪਾਲਟੀ ਦੀ ਰਿਵੀਜ਼ਨ ਕਰਦੇ ਰੱਖੋ ਮੌਕ ਟੈਸਟ ਤੁਹਾਨੂੰ ਜਿਹੜੇ ਨੇ ਆਈ ਥਿੰਕ ਕੱਲ ਜਾਂ ਪਰਸੋਂ ਤੋਂ ਆਪਾਂ ਸ਼ੁਰੂ ਕਰਾਂਗੇ ਠੀਕ ਹੈ ਬਰ ਰਹੇ ਨੇ ਸੋ ਮੈਰਾਥਨ ਕਲਾਸ ਤੁਹਾਨੂੰ ਮਿਲ ਜੂਗੀ ਤੁਹਾਡਾ ਕੰਮ ਲਾਈਕ ਸ਼ੇਅਰ ਕਰਨਾ ਕਮੈਂਟ ਕਰਨਾ ਠੀਕ ਹੈ ਸੋ ਤੁਸੀਂ ਵੱਧ ਤੋਂ ਵੱਧ ਕੀ ਕਰਿਆ ਕਰੋ ਰਿਵੀਜ਼ਨ ਕਰਿਆ ਕਰੋ ਨੋਟਸ ਆਪਣੇ ਬਣਾ ਕੇ ਰੱਖੋ ਸੋ ਮਿਲਦੇ ਆ ਫਿਰ ਆਪਾਂ ਕੱਲ ਵਾ ਲੈਕਚਰ ਤੇ ਹਿਸਟਰੀ ਵਾਲੇ ਲੈਕਚਰ ਤੇ ਠੀਕ ਹੈ ਸੋ ਕੱਲ ਵਾ ਲੈਕਚਰ ਥੋੜਾ ਜਿਹਾ ਆਪਾਂ ਕਰਾਂਗੇ ਲੰਮਾ ਕਰਾਂਗੇ ਸੋ ਲੈਕਚਰ ਮੈਂ ਡੇਲੀ ਬਣਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਕੁਆਲਿਟੀ ਆਫ ਕੁਐਸਚਨ ਮੈਂ ਦੇਊਂਗਾ ਤੁਹਾਨੂੰ ਠੀਕ ਹੈ ਸੋ ਤੁਹਾਡੇ ਮਾਈਂਡ ਦੇ ਵਿੱਚ ਪੂਰਾ ਦਾ ਪੂਰਾ ਟੌਪਿਕ ਜਿਹੜਾ ਪੂਰੀ ਤਰ੍ਹਾਂ ਇਸ ਤਰੀਕੇ ਨਾਲ ਫਿੱਟ ਹੋ ਜਾਈ ਠੀਕ ਹੈ ਸੋ ਮਿਲਦੇ ਫਿਰ ਆਪਾਂ ਰੋਟੀ ਬਣੀ ਪਈ ਆ ਸਾਗ ਬਣਿਆ ਪਿਆ ਠੀਕ ਹੈ ਖਾ ਕੇ ਤੇ ਫਿਰ ਆਪਾਂ ਬਣਾਉਣੇ ਤੁਹਾਡੇ ਨੋਟਸ ਤੇ ਨਾਲੇ ਫਿਰ ਆਪਾਂ ਆਪ ਹੀ ਪੜਦੇ ਆ ਠੀਕ ਹੈ ਸੋ ਟੀਚਰ ਬਣ ਕੇ ਮਿਲਿਓ ਫਿਰ ਆਪਾਂ ਇਹਨੇ ਦੇਣੀਆਂ ਦੇ ਦੋ ਬਾਕੀ ਮੈਨੂੰ ਲੱਗਦਾ ਸਾਰੇ ਇੰਨਾ ਤਾਂ ਲਿਆਜਕਾਰ ਹੀ ਲੈਣਗੇ ਹਨ ਚਲੋ ਠੀਕ ਹੈ ਫਿਰ ਆਪਾਂ ਮਿਲਦੇ ਹਾਂ ਓਕੇ ਲਵ ਯੂ ਆਲ